ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਗੁਰਸੀਰਤ ਚੀਮਾ ਤੇ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਹੈਪੀ ਲੋਹੜੀ ਅੱਜ ਲੋਹੜੀ ਵਾਲਾ ਦਿਨ ਹੈ ਲੇਕਿਨ ਤਾਂ ਵੀ ਅੱਜ ਸਾਡੀ ਆਨਲਾਈਨ ਕਲਾਸਿਸ ਲੱਗ ਰਹੀਆਂ ਨੇ ਤੇ ਸਾਡੀ ਆਨਲਾਈਨ ਕਲਾਸਿਸ ਦਾ ਅੱਜ ਪਹਿਲਾ ਦਿਨ ਨੇ ਤੇ ਹੁਣ ਮੇਰੀ ਦੋ ਕਲਾਸਿਸ ਲੱਗ ਗਈਆਂ ਨੇ 5 ਮਿੰਟਸ ਤੋਂ ਬਾਅਦ ਮੈਂ ਜੁਆਇਨ ਕਰਨ ਲੱਗੀ ਹਾਂ ਤੇ ਅੱਜ 3 ਕਲਾਸ ਲੱਗ ਗਈਆਂ ਨੇ थ्री क्लास हो चुकी है बेटा। हाँ जी हाँ, ते दो साड़ी क्लासेस रह गए ने, 5 क्लासेस ने, ते आज असि की करना मम्मा? अज असी बहुत कुछ करना है। अज असी तुहानू इस व्लॉग दे विच अपने ड्रेसेस दिखावांगे जिहड़ियां असी अज लोहड़ी नाइट नू ते कल पार्टी वाले दिन पावांगे। ओह वी तुहानू सारी ड्रेसेस दिखावांगे। तू क्लासेस नू मैं कैंसल करतीयां ने, तुसी उधर जा। तू पहले दिन कैंसल कर ले, चल चुप करके बैठ जा। ते सिर ते पापा रेडी हो रहे ने क्योंकि असी हुण चले आ। सत श्री अकाल जी सारिआं नू, लोहड़ी दीआं लख लख मुबारकां। वाहिगुरू सारिआं नू चढ़दी कला च रखण। अज मैनूं लोहड़ी वाले दिन ही पहलां जाके दवाई लैणी पएगी। ਅਸੀਂ ਹਸਪੀਟਲ ਚੱਲੇ ਹਾਂ ਅਤੇ ਨਾਲੇ ਥੋੜ੍ਹਾ ਜਿਹਾ ਕੰਮ ਵੀ ਸੀ। ਅਤੇ ਦੂਸਰੀ ਗੱਲ ਅੱਜ ਅਸੀਂ ਹੁਣ ਤੁਹਾਨੂੰ ਵਲੋਗ ਦੇ ਬਾਕੀ ਹਿੱਸੇ ਦੇ ਵਿੱਚ ਅਸੀਂ ਦਿਖਾਵਾਂਗੇ ਆਪਣੇ ਸੂਟ ਜਿਹੜੇ ਅਸੀਂ ਕੱਲ੍ਹ ਪਾਰਟੀ 'ਤੇ ਪਾਵਾਂਗੇ ਅਤੇ ਅੱਜ ਰਾਤ ਲੋਹੜੀ ਨਾਈਟ 'ਤੇ ਪਾਵਾਂਗੇ। ਹਾਂ ਸਾਰਿਆਂ ਨੇ ਡਰੈਸ ਦਿਖਾਉਣੇ, ਸੋਚਿਆ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਪਹਿਲਾਂ ਸ਼ੋਅ ਕਰਨੇ ਆ ਕਿਉਂਕਿ ਫਿਰ ਜਦੋਂ ਨਾ ਤਿਆਰ ਹੋ ਕੇ ਜਾਣਾ ਹੁੰਦਾ ਨਾ ਉਦੋਂ ਇੱਕੋ ਦਮ ਹੀ ਕਾਲੀ ਕਾਲੀ ਜੀ ਪੈ ਜਾਂਦੀ ਅਤੇ ਫਿਰ ਫੁੱਲ ਵੀ ਜਾਂਦਾ। ਸਾਡੇ ਤੋਂ ਵਲੋਗ ਪਤਾ ਨਹੀਂ ਕਿਉਂ ਨਾ, ਸਾਡੇ ਕੋਲ ਕੋਈ ਰੀਲ ਸ਼ੂਟ ਹੋ ਰਹੀ ਹੈ ਪ੍ਰੋਗਰਾਮ ਦੇ ਵਿੱਚ, ਨਾ ਹੀ ਸਾਡੇ ਕੋਲ ਕੋਈ ਫੋਟੋ ਕਲਿੱਕ ਹੋ ਰਹੀ ਹੈ। ਸਿਰ ਦੇ ਪਾਪਾ ਕੋਈ ਕਲਿੱਕ ਹੀ ਨਹੀਂ ਕਰਦੇ। ਸਾਡੇ ਕੋਲ ਹੈ ਨਹੀਂ ਨਾ ਕੋਈ ਬੰਦਾ ਹੋਣਾ ਚਾਹੀਦਾ ਜਿਹੜਾ, ਚਲੋ ਮੈਨੂੰ ਕੈਮਰਾ ਫੋਟੋਗ੍ਰਾਫਰ ਟਾਈਪ ਨਾ ਕਿ ਹਰ ਇੱਕ ਮੂਮੈਂਟ ਦੀ ਫੋਟੋ ਨਾਲ ਇੰਜੋਏ ਕਰਨਾ ਨਾ ਫਿਰ ਵਲੋਗ ਦੇ ਚੱਕਰ। ਹਾਂ ਕੋਈ ਨਾ, ਸਾਡਾ ਉਹ ਸਾਰਾ ਸਿਸਟਮ ਮਿਸ ਹੋ ਗਿਆ। ਅਸੀਂ ਆਪਣੀ ਪਾਰਟੀ ਦੀ ਡਰੈਸ ਖਾ ਦਈਏ ਫਿਰ, ਇਸ ਕਰਕੇ ਅਸੀਂ ਮਾੜਾ ਮੋਟਾ ਹੀ ਕੀਤਾ, ਕੁਝ ਕਰ ਨਹੀਂ ਰਹੇ ਨਾ ਆਪਾਂ ਕੋਈ YouTube Instagram ਕਿਧਰੇ ਕੁਝ ਨਹੀਂ ਕਰ ਰਹੇ। ਚਲੋ ਫਰੈਂਡਸ, ਤੁਸੀਂ ਪਹਿਲਾਂ ਇਦਾਂ ਕਰੋ, ਤੁਸੀਂ ਪਹਿਲਾਂ ਸਾਡੀ ਵੀਡੀਓ ਨੂੰ ਕਰ ਦਿਓ ਲਾਈਕ। ਲਾਈਕ ਵੀਡੀਓ ਵੇਖਣ ਤੋਂ ਪਹਿਲਾਂ ਲਾਈਕ ਜ਼ਰੂਰ ਕਰਦਿਆ ਕਰਿਓ। ਐਂਡ ਹੁਣ ਤੁਹਾਨੂੰ ਪਹਿਲਾਂ ਅਸੀਂ ਦਿਖਾਉਂਦੇ ਆ ਆਪਣੀ ਲੋਹੜੀ ਨਾਈਟ ਕੱਲ ਵਾਲੀ ਜਿਹੜੀ ਪਿਛਲੇ ਵਲੌਗ 'ਚ ਅਸੀਂ ਪਹਿਲੀ ਪੁੱਛੀ ਸੀ ਕਿ ਉਹ ਅਸੀਂ ਉਹ ਕਿਹੜੀ ਚੀਜ਼ ਜਿਹੜੀ ਅਸੀਂ ਬਾਜ਼ਾਰ ਤੋਂ ਲੈ ਕੇ ਆਉਂਦੇ ਹਾਂ ਖਾਣ ਵਾਸਤੇ, ਬਟ ਅਸੀਂ ਉਹਨੂੰ ਖਾ ਨਹੀਂ ਸਕਦੇ ਹੈਗੇ। ਫਰੈਂਡਸ ਹੁਣ ਜਿਹੜੀ ਸਾਡੀ ਕਲਾਸ ਸੀ, ਸੈਕਿੰਡ ਲਾਸਟ ਕਲਾਸ ਸੀ ਜਿਹੜੀ ਇੰਗਲਿਸ਼ ਦੀ, ਉਹ ਮੇਰੀ ਕੰਪਲੀਟ ਹੋ ਗਈ ਹੈ। ਹੁਣ ਸਾਡੀ ਲਾਸਟ ਕਲਾਸ ਰਹਿ ਗਈ ਹੈ ਹਿੰਦੀ ਵਾਲੀ, ਅਤੇ ਪਾਪਾ ਨੂੰ ਹੁਣ ਆਫਿਸ ਤੋਂ ਕੰਮ ਆ ਗਿਆ ਅਤੇ ਪਾਪਾ ਕੰਮ ਕਰ ਰਹੇ ਸੀ। ਐਮਰਜੈਂਸੀ ਵਾਲਾ ਕੰਮ ਆ ਗਿਆ। ਚਲੋ ਆ ਜਾਓ ਬੱਚਿਓ, ਇੱਧਰ ਆ ਜਾਓ ਬੱਚਿਓ। ਚਲੋ ਅਸੀਂ ਹੁਣ ਤੁਹਾਨੂੰ ਆਪਣੀ ਡਰੈਸਸ ਵਿਖਾਉਂਦੇ ਹਾਂ। ਹਾਂ ਅਸੀਂ ਬੈੱਡ 'ਤੇ ਕੱਢ ਕੇ ਰੱਖੀਆਂ ਹੋਈਆਂ ਨੇ ਆਲਰੇਡੀ। ਹਾਂਜੀ ਫਰੈਂਡਸ, ਆਹ ਨੇ ਸਾਡੀ ਡਰੈਸਸ ਜਿਹੜੀਆਂ ਅਸੀਂ ਪਾਣੀ ਆ ਉਹ ਵਾਲੀ ਡਰੈਸ। ਚੱਲ ਤੂੰ ਹੁਣ 2 ਮਿੰਟ ਚੁੱਪ ਕਰ ਤੇ ਮੈਂ ਸਮਝਾ ਲਾਂ ਸਾਰਿਆਂ, ਠੀਕ ਹੈ? ਤੈਨੂੰ ਪਤਾ ਹੁੰਦਾ ਨਹੀਂ ਕੁਛ। ਫਰੈਂਡਸ ਇਹ ਵੇ ਗੁਰਸੀਰਤ ਦੀ ਲੋਹੜੀ ਨਾਈਟ ਨੂੰ ਪਾਉਣ ਵਾਲੀ ਡਰੈਸ। ਜਿਸ ਵਾਂ ਦੇਖੋ ਇਹ ਵੈਲਵਟ ਦੀ ਏ, ਇਹ ਸਾਨੂੰ ਨਿਊ ਫੈਸ਼ਨ ਬੁਟੀਕ ਨੇ ਭੇਜੀ ਏ। ਜਿਹਨਾਂ ਦਾ ਅਸੀਂ ਪਹਿਲਾਂ ਬਲੈਕ ਸੂਟ ਪਾਇਆ ਸੀ ਨਾ, ਇਹ ਅਸੀਂ ਉਹਨਾਂ ਤੋਂ ਹੀ ਬਣਵਾਈ। ਜਿਹਨਾਂ ਦਾ ਅਸੀਂ ਪਿਛਲੇ ਵਲੌਗ 'ਚ ਬਲੈਕ ਸੂਟ ਪਾਇਆ ਸੀ, ਇਹ ਉਹਨਾਂ ਤੋਂ ਹੀ ਅਸੀਂ ਬਣਵਾਈ ਹੈ। ਬਹੁਤ ਸੋਹਣੀ ਲੱਗੀ। ਤੂੰ ਪਤਾ ਮੇਰੀ ਗੱਲ ਸੁਣ ਬੱਚੋ, ਇੱਧਰ ਹੋ ਜਾਓ, ਕੁੜੀਆਂ ਦੇ ਕੰਮਾਂ ਨਹੀਂ ਬੋਲਦੇ। ਰੁਕੋ ਰੁਕੋ। ਅਤੇ ਗੁਰਸੀਰਤ ਦੀਆਂ ਬੈਂਗਲਸ ਇਹ ਅਸੀਂ ਪਹਿਲਾਂ ਇੱਕ ਵਾਰੀ ਲਿਆਂਦੀਆਂ ਸਨ, ਸ਼ਾਇਦ ਤੁਹਾਨੂੰ ਯਾਦ ਹੋਵੇ, ਵੀਡੀਓ ਦੇਖਿਆ ਹੋਏਗਾ ਤੁਸੀਂ। ਅਤੇ ਇਹ ਬੈਂਗਲਸ ਮੈਚ ਕਰ ਗਈਆਂ ਨੇ ਗੁਰਸੀਰਤ ਦੇ ਨਾਲ ਦੀ ਬਰੋਕਟ ਦੀ ਸਕਰਟ ਹੈ, ਗੋਲਡਨ ਬਰੋਕਟ ਦੀ। ਅਤੇ ਮੇਰਾ ਵੀ ਸੇਮ ਸੂਟ ਫਤਿਹ ਦੁਰਗ, ਮੈਂ ਦੱਸ ਦਿੰਦਾ ਸਾਰਿਆਂ ਨੂੰ। ਇਹ ਦੇਖੋ ਇਹ ਮੇਰਾ ਵੀ ਸੇਮ ਸੂਟ ਹੈ, ਮੇਰਾ ਆਲ ਓਵਰ ਸੂਟ ਹੈ ਵੈਲਵਟ ਦਾ, ਸੇਮ ਵਰਕ ਹੈ ਸਾਡੇ ਦੋਨਾਂ ਸੂਟ ਦਾ, ਸੇਮ ਦੁਪੱਟੇ ਨੇ। ਅਤੇ ਮੇਰੇ ਨਾਲ ਜਿਸ ਤਰ੍ਹਾਂ ਗੁਰਸੀਰਤ ਦਾ ਗੋਲਡਨ ਲਹਿੰਗਾ ਨਾ, ਅਤੇ ਉਹਨਾਂ ਨੇ ਮੇਰੇ ਨਾਲ ਵੀ ਗੋਲਡਨ ਇੱਕ ਬਰੋਕਟ ਦੀ ਸਲਵਾਰ ਬਣਾ ਕੇ ਭੇਜ ਦਿੱਤੀ ਹੈ। ਉਹ ਮੇਰੀ ਮਰਜ਼ੀ ਹੈ, ਜਿਹਦੇ 'ਚ ਖੁਰਕ ਖੁਰਕ ਹੁੰਦੀ ਹੈ ਨਾ। ਹਾਂ ਹੁੰਦੀ ਤਾਂ ਹੈ। ਅਤੇ ਭਾਵੇਂ ਮੈਂ ਗੋਲਡਨ ਪਾ ਸਕਦੀ ਹਾਂ, ਭਾਵੇਂ ਮੈਂ ਰੈੱਡ ਪਾ ਸਕਦੀ ਹਾਂ, ਰੈੱਡ ਦੇ ਨਾਲ ਵੀ ਨਾ, ਰੈੱਡ ਦੀ ਬੋਟਮ 'ਤੇ, ਹਾਂ ਮੈਂ ਰੈੱਡ ਹੀ ਚੂਜ਼ ਕੀਤੀ ਹੋਈ, ਰੈੱਡ ਦੇ ਬੋਟਮ 'ਤੇ ਖੁਰਕ ਫਟੀ ਹੋਏਗੀ। ਅਤੇ ਕਲਰ ਕੰਬੀਨੇਸ਼ਨ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ। ਜਿਵੇਂ ਇਹਦੇ ਵਿੱਚ ਇੱਥੇ ਬਲੂ ਹੈ ਤੇ ਇਹਦੇ ਵਿੱਚ ਇੱਥੇ ਰੈੱਡ ਹੈ। ਮੈਨੂੰ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਲੱਗੀ ਹੈ ਤੇ ਮੈਨੂੰ ਕੰਟਰਾਸਟ ਵੀ ਬਹੁਤ ਹੀ ਪਿਆਰਾ ਲੱਗਾ ਇਹਨਾਂ ਸੂਟਾਂ ਦਾ। ਸੋ ਬੈਂਗਲਸ ਵੀ ਗ੍ਰੀਨ। ਫਰੈਂਡਸ ਇਹ ਵਾਲਾ ਸੂਟ ਅਸੀਂ ਪਾਵਾਂਗੇ ਲੋਹੜੀ ਨਾਈਟ ਨੂੰ। ਲੋਹੜੀ ਨਾਈਟ ਨੂੰ ਗੁਰਸੀਰਤ ਤੇ ਗੁਰਫਤਿਹ ਨੇ ਲੋਹੜੀ ਪਰਫਾਰਮੈਂਸ ਵੀ ਕਰਨੀ ਹੈ, ਬਹੁਤ ਸੋਹਣੀ।
मम्मी पान गे लोहड़ी नाइट नू आ वाला सूट ठीक है ते इदे पापा ने पाना है पठानी कुर्ता पजामा हाँ अज पठानी कुर्ता पजामा पाणगे ओ कहन से चल मेरे की विखाने ने मेरे ते भाई भाई वेख लैणगे ते गुरफते दा भी हाले कोई सिलेक्शन नहीं हैगी रात नू अज की पाएगा गुरफते रात नू कुर्ता पजामा मैनू ए वेख के गुरफते दा रेड कुर्ता पजामा ते नाल गोल्डन कुर्ती होवे बट मैं कुरुक्षेत्र दी कोई शॉप नहीं छड्डी मैनू मिलिया नहीं सी ते स्टिच करवाउण दा टाइम नहीं सी हैगा सो इस करके हुण देखनी आ मैं राती गुरफते नू की पावांगी वैसे ड्रेस बहुत ने जैकेट ए नीचे पाएगा स्वेट शर्ट क्योंकि ठंड बहुत ज्यादा है ये पटका बनेगा इन्हें साडे नाल मैचिंग की पटका इन्हें थोड़ा डार्क मिले क्योंकि पटका सेम कलर का मिल नहीं नहीं उतारी नहीं स्टाइल इतना स्टाइल बने दी पेंट का ठीक है फ्रेंड्स चल फिर इन्हें चक के बाहर रखो बेटा फिर मैं रखनी अलमीरा ठीक है लगा लो वर्क सानू बहुत पसंद है शर्ट ए दुपट्टा टाइम की शॉर्टेज करके दुपट्टे तो वर्क नहीं हो सकिया फिर असी लैश ही लगवा ली सी उन्होंने दो दिन के साथ दोनों के सूट सेम बना के रेडी किए ने तो स्टिच असी इतों ही करवाए ने क्योंकि टाइम बहुत घट से उन्होंने कहा जो लॉकडाउन हो गया तो फिर तुहाडे कोल पहुंचने नहीं है इस करके उन्होंने जल्दी जल्दी सानू भेज दिते ये कलर वास्ते जरूर दस्यो क्योंकि असी अपनी पसंद का कलर बनवाया है तो गुरसीर का तुम्हें पता ही कि लहंगा मैं बनाया स्टिच कर रही सा उस दिन तुम ब्लॉग च देखिया ही है इसनों मैं फिर लटकन लगा ले गोल्डन करांगी थोड़ा थोड़ा जिहा गोल्डन बैंगल्स ऐड करांगी नहीं नहीं थोड़ा हैवी हो जाएगा दो दर्जन तीन दर्जन मैं लिया सा शायद मैंने दो दर्जन लिया कलर बहुत ही सोहना बहुत ही प्यारा सारे जिन्हें जिन्हें देखे ना तो बहुत ही पसंद कर रहे ने सारे हाँ एक होर मेन चीज हो हाँ सच हाँ ये तो मैं दिखाई दिता सिमर बुटीक ने भेजा देखो फ्रेंड्स कंबीनेशन देखो सेम मैच कर गया मेरे सूट के वर्क के नाल बड़ा ही सोहना लगेगा दिखाने परांदे सलाह बन गई अज की परांदे पान दी कलीरे टाइप मैं वैसे शर्म भी आएगी क्योंकि मैं ना बहुत टाइम हो गया मैं पाया नहीं है आई थिंक मैं भूजी के विआह नू वीयर किया मासी के विआह नू हाँ
ਉਦੋਂ ਵੀ ਯਾਰ ਕੀਤਾ ਸੀ, ਉਦੋਂ ਬਾਅਦ ਮੈਂ ਕਦੀ ਪਰਾਂਦਾ ਨਹੀਂ ਵੀ ਯਾਰ ਕੀਤਾ, ਅਤੇ ਇਹ ਹੁਣ ਉਹਨਾਂ ਨੇ ਮੇਰੇ ਵਾਸਤੇ ਭੇਜਿਆ, ਦੇਖਣੇ ਆ ਇਹ ਅੱਜ ਰਾਤੀ ਪਾਵਾਂਗੇ ਜਾਂ ਕੱਲ੍ਹ ਨੂੰ ਪਾਉਂਦੇ ਹਾਂ, ਇਹ ਹਾਲੇ ਅਸੀਂ ਕੋਈ ਡਿਸਾਈਡ ਨਹੀਂ ਕੀਤਾ ਕੁਝ ਵੀ। ਹੁਣ ਤੁਸੀਂ ਤੁਹਾਨੂੰ ਆਪਣਾ ਪਰਾਂਦਾ ਦਿਖਾਏਗੀ, ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮੈਂਸ਼ਨ ਕਰਨਾ ਭੁੱਲ ਜਾਂਦੀ ਆ, ਤੇ ਮੈਂ ਸਕਰੀਨ ਤੇ ਮੈਂਸ਼ਨ ਕਰ ਦਾਂਗੀ। ਤੇ ਦੇਖੋ ਫਰੈਂਡਸ, ਤੁਸੀਂ ਜੇ ਇਦਾਂ ਦੇ ਪਰਾਂਦੇ ਜਾਂ ਕਿਸੇ ਵੀ ਟਾਈਪ ਦੀ ਜੁਐਲਰੀ ਆਰਡਰ ਕਰਨੀ ਹੋਏਗੀ ਤਾਂ ਤੁਸੀਂ ਜੁਐਲਰੀ ਬਾਏ ਇਪਸ ਨਾਲ ਕੰਟੈਕਟ ਕਰ ਸਕਦੇ ਹੋ। ਤੇ ਇਹ ਮੇਰੀ ਸਾਸੂ ਮਾਂ ਦਾ ਸੂਟ ਹੈ, ਸਾਸੂ ਮਾਂ, ਹਾਂ ਇਹ ਉਹਨਾਂ ਨੇ, ਇਹ ਮੰਮੀ ਨੇ ਕੱਲ ਨੂੰ ਪਾਣਾ ਸੂਟ, ਇਹ ਅੱਜ ਪਾਣਗੇ ਤੇ ਇਹ ਕੱਲ ਪਾਣਗੇ। ਨਹੀਂ ਨਹੀਂ ਉਹਨਾਂ ਸੂਟ ਕਲਰ ਮੈਚ ਕਰ ਗਏ, ਕੋਈ ਗੱਲ ਨਹੀਂ। ਇਹ ਸੀਰਤ ਦੀ ਛੋਟੀ ਭੂਜੀ ਨੇ ਵਰਕ ਉੱਥੋਂ ਘਨੌਰ ਤੋਂ ਕਢਾਈ ਕਢਵਾ ਕੇ ਭੇਜਿਆ ਸੂਟ। ਹਾਂ ਸ਼ਾਮ ਨੂੰ ਆ ਜਾਣੇ ਭੂਜੀ। ਤੇ ਫਰੈਂਡਸ ਇਹ ਨਹੀਂ ਸਾਡੇ ਸੂਟ ਜੁਐਲਰੀ, ਮੈਂ ਕੱਲ ਨੂੰ ਇਸ ਸੂਟ ਦੇ ਨਾਲ, ਤੇ ਮੈਂ ਰੁਕੋ ਬੇਟਾ, ਇਸ ਸੂਟ ਦੇ ਨਾਲ ਮੈਂ ਕੱਲ ਨੂੰ ਮਤਲਬ ਮੈਂ ਗੋਲਡ ਹੀ ਪਾਵਾਂਗੀ, ਮੈਂ ਗੋਲਡ ਵਾਲੀ ਜੁਐਲਰੀ ਵੀਅਰ ਕਰਾਂਗੀ। ਗੁਰਸੀਰਤ ਕੋਈ ਡਿਸਾਈਡ ਨਹੀਂ ਹੈ, ਗੁਰਸੀਰਤ ਦਾ ਹਾਲੇ ਕੁਛ ਡਿਸਾਈਡ ਨਹੀਂ ਕੀਤਾ ਕਿਹੜੀ ਜੁਐਲਰੀ ਪਾਏਗੀ, ਕਿਉਂਕਿ ਤੁਹਾਨੂੰ ਪਤਾ ਜੁਐਲਰੀ ਬਹੁਤ ਹੈ, ਕੁਛ ਵੀ ਪਾ ਸਕਦੇ ਹਾਂ। ਜਿਹੜੀਆਂ ਮੇਰੀਆਂ ਇਸ ਸੂਟ ਨਾਲ ਵਾਲੀਆਂ ਮੈਚ ਹੋਣੀਆਂ ਸਨ, ਉਹਨਾਂ ਦਾ ਖਾਤਮਾ ਦੇ ਪਾਪਾ ਨੇ ਕਰ ਛੱਡਿਆ, ਤੋੜ ਛੱਡੀਆਂ ਨੇ। ਅਤੇ ਹੁਣ ਅੱਜ ਰਾਤ ਨੂੰ ਤਾਂ ਮੈਂ ਵੱਡੀ ਵੱਡੀ ਈਅਰਿੰਗ ਪਾਵਾਂਗੀ, ਮੇਰੇ ਫੇਵਰੇਟ ਨੇ। ਲੋ ਇਹਦੇ ਪੋਪੋ ਵੇਖ ਲਓ, ਹੁਣ ਸਾਡੇ ਘਰ ਬਾਹਰ ਰੋਲਾ ਪਿਆ ਹੋਇਆ ਬੜਾ ਜ਼ਿਆਦਾ, ਕਿਉਂਕਿ ਅਸੀਂ ਹਾਲੇ ਤੱਕ ਕਿੰਨਾ ਟਾਈਮ 12 ਵਜੇ ਅਤੇ ਅਸੀਂ ਹਾਲੇ ਤੱਕ ਨਾਸ਼ਤਾ ਨਹੀਂ ਕੀਤਾ, ਅਤੇ ਹੁਣ ਅਸੀਂ ਨਾਸ਼ਤਾ ਕਰ ਲਈਏ। ਫਤਿਹ ਨੇ ਇੱਧਰ ਖਲਾਰਾ ਪਾ ਦਿੱਤਾ। ਚਲੋ ਫਰੈਂਡਸ ਹੁਣ ਤੁਹਾਨੂੰ ਮਿਲਦੇ ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ। ਸਾਡੇ ਪਿੰਡ ਹਰ ਸਾਲ ਢੋਲ ਵਾਲੇ ਆਉਂਦੇ ਹੁੰਦੇ, ਵਾਜੇ ਵਾਲੇ ਵੀ ਆਉਣਗੇ ਰਾਤੀ, ਆਪਾਂ ਨੂੰ ਪਾਏ ਨੇ ਵੀ ਨਹੀਂ ਬੁਲਾਏ। ਚੁਗਲੀਆਂ ਕਰ ਮਾਰੋ ਮਾਰ ਰਜਾਈ ਦੇ ਵਿੱਚ ਬਹਿ ਕੇ ਚੁਗਲੀਆਂ ਕਰ ਰਹੀਆਂ ਨੇ, ਜਿੰਨੇ ਬੜੇ ਦਿਨਾਂ ਬਾਅਦ ਮਿਲਦੀਆਂ ਨੇ ਜਦੋਂ ਫਿਰ ਬੜੀਆਂ ਕਰਦੀਆਂ ਨੇ ਸਾਰੀਆਂ। ਸਾਡੀਆਂ ਭੂਆ ਨੇ ਆ, ਸਾਡੀ ਚਾਚੀ ਜੀ ਅਤੇ ਆ ਸਾਡੀਆਂ ਤਿੰਨੇ ਭੂਆ ਨੇ, ਅਤੇ ਸਾਡਾ ਫੁੱਫੜ ਆ ਗਿਆ। ਫੁੱਫੜ ਚੁਗਲੀ, ਫੁੱਫੜ ਜੀ ਚੁਗਲੀਆਂ ਦਾ ਜਾਇਜ਼ਾ ਲੈਣ ਆਏ ਨੇ ਵੀ ਕਿੱਥੇ ਤੱਕ ਪਹੁੰਚਿਆ ਕੰਮ। ਬਚਪਨ ਹੀ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੀਆਂ ਨੇ ਜਦੋਂ ਇਕੱਠੀਆਂ ਹੁੰਦੀਆਂ ਨੇ ਬੜੇ ਦਿਨਾਂ ਬਾਅਦ, ਬੜੇ ਦਿਨਾਂ ਬਾਅਦ ਰੋਜ਼ ਰੋਜ਼ ਮਿਲਿਆ ਨਹੀਂ ਜਾਂਦਾ। ਨਾਲ ਨਾਲ ਕਵਰੇਜ ਆਪਾਂ ਕਰਦੇ ਰਹਾਂਗੇ ਤਾਂ ਕਿ ਪਤਾ ਲੱਗ ਜਾਣ ਵੀ ਕੌਣ ਕੀ ਕਰ ਰਿਹਾ, ਸੰਪਰਕ ਸੂਤਰ ਬਾਰੇ। ਕੋਈ ਗੱਲ ਨਹੀਂ, ਦੱਸੋ ਹੁਣ ਗੁਰਸੀਰਤ ਦੀ ਲੁੱਕ ਦੱਸੋ ਕਿੱਦਾਂ ਦੀ ਲੱਗ ਰਹੀ ਹੈ।
ਮੈਨੂੰ ਨਾ ਦੇਖਿਓ ਜੇ ਤੇ ਮੈਂ ਹਲੇ ਤਿਆਰ ਨਹੀਂ ਹੋਈ ਤੇ ਸੀਰਤ ਦੱਸੋ ਸੀਰਤ ਦੀ ਡਰੈਸ ਬਾਰੇ ਕਮੈਂਟ ਕਰਨਾ ਨਾ ਭੁੱਲਿਓ ਤੇ ਸੀਰਤ ਦੀ ਲੁੱਕ ਵਾਸਤੇ ਵੀ ਚੱਲ ਆ ਜਾ ਫਤਿਹ ਛੇਤੀ ਆ ਮੇਰੇ ਹੀਰੋ ਨੂੰ ਵੀ ਵੇਖ ਲਓ ਇੱਥੇ ਆ ਮੇਰੇ ਸ਼ੇਰ ਜੀ ਹੁਣ ਦੱਸੋ ਮੇਰਾ ਫਤਿਹ ਸਿੰਘ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵੇ ਫਤਿਹ ਸੋਹਣੀ ਤਰ੍ਹਾਂ ਖਾ ਲਿਓ ਜੇ ਬੱਚੂ ਇਹਨਾਂ ਨੇ ਬੜੀ ਸੋਹਣੀ ਪਰਫੋਰਮੈਂਸ ਕਰਨੀ ਹੈ ਤੇ ਉਸ ਪਰਫੋਰਮੈਂਸ ਦਾ ਵਲੋਗ ਆਪਾਂ ਨੈਕਸਟ ਵਲੋਗ ਦੇ ਵਿੱਚ ਆਪਾਂ ਐਡ ਕਰਾਂਗੇ ਕਿਉਂਕਿ ਹੁਣ ਅਸੀਂ ਵੀ ਰੈਡੀ ਹੋਣਾ ਤੇ ਇਸ ਵਲੋਗ ਦਾ ਅਸੀਂ ਐਂਡ ਇੱਥੇ ਕਰਨ ਲੱਗ ਗਏ ਹਾਂ ਤੇ ਜਿਹੜੀ ਪਰਫੋਰਮੈਂਸ ਵਾਲਾ ਵੀ ਅਸੀਂ ਰੈਡੀ ਹੋਵਾਂਗੇ ਉਹ ਅਸੀਂ ਨੈਕਸਟ ਵਲੋਗ ਤੁਹਾਨੂੰ ਦਿਖਾਵਾਂਗੇ ਅਸੀਂ ਕਿਵੇਂ ਦੇ ਲੱਗ ਰਹੇ ਹਾਂ ਠੀਕ ਹੈ ਫਰੈਂਡਸ ਜੇ ਮਿਲਦੇ ਆ ਨੈਕਸਟ ਵੀਡੀਓ ਉਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਜ ਦੀ ਪਹਿਲੀ ਮੰਮਾ ਅੱਜ ਦੀ ਪਹਿਲੀ ਤੁਸੀਂ ਪੁੱਛੋਗੇ ਅਸੀਂ ਉਹਨਾਂ ਦੇ ਜਵਾਬ ਦੇਵਾਂਗੇ ਕਮੈਂਟਾਂ ਦੇ ਵਿੱਚ ਸਭ ਨੇ ਆਪੋ ਵੀ ਪਹਿਲੀਆਂ ਪੁੱਛਣੀਆਂ ਨੇ ਤੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਤੁਹਾਨੂੰ ਨਾ ਭੁੱਲਿਓ ਫਤਿਹ ਦੇ ਨਾਲ ਹੀ।